ਅਸਲਾਮ ਵਾਲੇਕੁਮ ਦੋਸਤੋ, ਲਾਲੇ ਦੇ ਦੋਸਤਾਂ ਕੋ ਲਾਲੇ ਜ਼ੀਸ਼ਾਨ ਦਾ ਸਲਾਮ ਹੋਵੇ। ਕੱਲ੍ਹ ਦਾ ਵਾਕਿਆ ਕੋ ਜਿਵੇਂ ਥਿਆ ਕਿ ਇੱਕ ਦੋਸਤ ਕੋ ਅਚਾਨਕ ਨਾ ਰਾਤ ਕੋ 12:30 ਵਜੇ ਨਾ ਅੱਖਾਂ 'ਚ ਦਰਦ ਸ਼ੁਰੂ ਥੀ ਗਿਆ, ਉਹਨੂੰ ਅਲਰਜੀ ਥੀ ਗਈ। ਅਤੇ ਉਹ ਆ ਗਿਆ 12:30 ਵਜੇ, ਉਹ ਆਖੇ ਯਾਰ ਜ਼ੀਸ਼ਾਨ ਬਾਈ ਜੁਲਣਾ ਹੈ ਅਤੇ ਯਾਰ ਮੇਰੀ ਮੈਡੀਸਨ ਕਹਿੰਦਾ ਮੇਰੇ ਕੋਲ ਨੀਂਦਰ ਨਹੀਂ ਆਉਂਦੀ ਪਈ ਅਤੇ ਮੈਂ ਬੜਾ ਪਰੇਸ਼ਾਨ ਹਾਂ। ਅੱਛਾ, ਮੈਂ ਦਿਲ 'ਚ ਸੋਚਿਆ ਵੀ ਯਾਰ ਹੁਣ ਅੱਧੀ ਰਾਤ ਆਈ, ਸੋਮ ਪਵੇ ਆਈ ਅਤੇ ਕੋਈ ਮਸਲਾ ਕੋਨਾ, ਸਵੇਰੇ ਗਿਣਗੀ ਨੂੰ ਹੁਣ ਅੱਧੀ ਰਾਤ ਕੋ ਕਿਹੜੇ ਵਜੋਂ, ਮੈਡੀਕਲ ਸਟੋਰ ਬੰਦ, ਹਰ ਚੀਜ਼ ਬੰਦ। ਲੇਕਿਨ ਇਹ ਹੈ ਕਿ ਅਸਾਂ ਸਰਕਾਰੀ ਹਸਪਤਾਲ ਸਿਵਲ ਹਸਪਤਾਲ ਦੇ ਵਿੱਚ ਐਮਰਜੈਂਸੀ ਚਲੇ ਗਏ। ਖੈਰ ਉਹਦੀ ਦਵਾਈ ਸ਼ਵਾਈ ਕੀਤੀ, ਦਵਾਈ ਸ਼ਵਾਈ ਗਹਿਣ ਅਤੇ ਅਸਾਂ ਵਾਪਸ ਆ ਗਏ ਉਸੇ, ਉਹ ਗਿਆ। ਅਗਲੇ ਦਿਨ ਸੇਮ ਉਹ ਕੰਡੀਸ਼ਨ ਮੇਰੀ ਸੀਗੀ, ਉਹ ਮੇਰੀ ਅੱਖੀਆਂ ਦੇ ਵਿੱਚ ਐਲਰਜੀ ਥੀ ਗਈ, ਸੇਮ ਟੂ ਸੇਮ ਹੀ ਥੱਲੇ ਵਾਲਾ ਹਿੱਸਾ ਅੱਖੀਆਂ ਦਾ ਲਟਕ ਗਿਆ, ਅੱਖੀਆਂ 'ਚ ਜਲਨ ਹੋਵੇ, ਨਾ ਸਕੂਨ ਨਾ ਕੁਝ। ਰਾਤ ਮੈਂ ਜੋਬ 'ਤੇ ਬੈਠੇ ਬੈਠੇ ਬੜੀ ਔਖੀ ਗੁਜ਼ਾਰੀ, ਘਰ ਵਾਂਗ ਤਾਂ ਸਵੇਰੇ ਸਵੇਰੇ ਮੈਂ ਵਾਲਾ ਕੋਈ ਟਿਊਬ ਕੋਈ ਡਰਾਪਸ ਜਿਤਨਾ ਕੁਝ ਮੈਂ ਕਹਿੰਦੇ ਥੀ ਸਕਦਾ ਸੀ ਮੈਂ ਸਾਰਾ ਕੁਝ ਕੀਤਾ, ਨੀਂਦਰ ਨਾ ਆਵੇ ਵੀ ਤਕਲੀਫ ਇਤਨੀ ਹੋਵੇ। ਬੋਲ ਥੋੜ੍ਹੀ ਜਿਹੀ ਨੀਂਦਰ ਆਈ, ਵੱਲ ਉੱਠਿਆ ਅਤੇ ਇੱਕ ਅੱਖ ਦੀ ਬਜਾਏ ਦੋਹੀਂ ਅੱਖੀਆਂ ਖਰਾਬ ਸੀ ਗਈਆਂ। ਵੱਲ ਮੇਰੇ ਜ਼ਿਹਨ 'ਚ ਗੱਲ ਆਈ ਕਿ ਯਾਰ ਰਾਤ ਉਹ ਮੈਂ ਕਹਿੰਦੇ ਆਇਆ ਹੈ, ਅਤੇ ਮੈਂ ਦਿਲ 'ਚ ਇਹ ਸੋਚਿਆ ਕਿ ਯਾਰ ਸਵੇਰੇ ਗਿਣਗੀ ਨੂੰ ਬਾਈ। ਲੇਕਿਨ ਅੱਜ ਮੈਂ ਕੋ ਆਪਣੀ ਤਕਲੀਫ ਦੇਖਤੇ ਨਾ, ਆਪਣਾ ਨਿਜ਼ਾਮ ਦੇਖਤੇ, ਆਪਣੀ ਅੱਖੀਆਂ ਕੋ ਦੇਖਤੇ, ਅਤੇ ਮੈਂ ਜਿਹੜੀ ਜਿਤਨੀ ਤਕਲੀਫ 'ਚ ਹਾਂ, ਅਤੇ ਮੈਂ ਉਸ ਜ਼ਿਹਨ 'ਚ ਮੇਰੇ 'ਚ ਇਹ ਗੱਲ ਆਈ ਕਿ ਯਾਰ ਉਹ ਕੋ ਕਿਤਨੀ ਤਕਲੀਫ ਹੋ ਸਕੇ ਜਿਹੜਾ ਉਹ ਅੱਧੀ ਰਾਤ ਕੋਠੀ 'ਤੇ ਆਇਆ। ਮੈਂ ਉਹਦੀ ਤਕਲੀਫ ਗਿਆ ਤਾਂ ਹਾਂ ਨਾਲ, ਲੇਕਿਨ ਗੱਲ ਇਹ ਕਿ ਜ਼ਿਹਨ 'ਚ ਆਈ ਨਾ ਕਿ ਯਾਰ ਸਵੇਰੇ ਗਿਣਗੀ ਨੂੰ ਕਿਆ ਮਸਲਾ ਆਈ। ਗੱਲ ਕਰਨ ਦਾ ਮਕਸਦ ਇਹ ਕਿ ਜਿਹੜੀ ਤਕਲੀਫ ਕਹਿ ਕੋ ਹੁੰਦੀ ਹੈ ਨਾ, ਉਹ ਉਹ ਹੀ ਜਾਣਦੇ। ਜਿਹੜੇ ਟਾਈਮ ਉਹ ਆਪ 'ਤੇ ਪੰਬਦੀ ਹੈ ਨਾ, ਆਪ ਹੂੰ ਤਕਲੀਫ 'ਚ ਬੰਦਾ ਮੁਬਤਲਾ ਥੀ ਵੇ, ਅਤੇ ਵਲਾ ਵਾਂਝ 'ਤੇ ਹੁਣ ਪਤਾ ਲੱਗਦਾ ਕਿ ਹੁਣ ਦੀ ਤਕਲੀਫ ਕਿਤਨੀ ਵਧੀ ਹੈ। ਵੈਸੇ ਆਮ ਰੂਟੀਨ ਜੇਕਰ ਡਿੱਠਾ ਵਜੇ ਤਾਂ ਬੰਦੇ ਕੋ ਇਵੇਂ ਲੱਗਦੇ ਕਿ ਯਾਰ ਗੁਜ਼ਾਰਾ ਕਰੇ ਹੀ ਬੰਦਾ, ਇਵੇਂ ਉਵੇਂ ਹੈ, ਜਾਂ ਉਹਨੂੰ ਉਹ ਫੀਲ ਨਹੀਂ ਆਉਂਦੀ। ਲੇਕਿਨ ਜਿਹੜਾ ਆਪਣੇ ਉੱਤੇ ਗੁਜ਼ਰਦੀ ਹੈ, ਵੱਲ ਤਾਂ ਫੀਲ ਉਹ ਆਉਂਦੀ ਹੈ ਜੋ ਅਲੱਗ ਪਤਾ ਵੇਂਦੇ, ਵੱਲ ਇਨਸਾਨ ਕੋ ਪਤਾ ਲੱਗਦਾ ਕਿ ਯਾਰ ਫਲਾਂ ਬੰਦਾ ਕਿਤਨੀ ਤਕਲੀਫ ਦੇ ਵਿੱਚ ਆਈ। ਅਤੇ ਹੀ ਵਾਸਤੇ ਜਿਤਨੇ ਬੰਦਾ ਆਪਣੇ ਨਾਲ ਆਪ ਮੁਖਲਿਸ ਹੋਣਾ ਚਾਹੀਦਾ ਨਾ, ਕਿਉਂਕਿ ਕੋਈ ਕਹਿੰਦਾ ਕੋ ਨਹੀਂ ਥਾ, ਨਾ ਕੋਈ ਐਸਾ ਕੋਈ ਸੋਫਟਵੇਅਰ ਹੈ ਕਿ ਤੁਸੀਂ ਆਪਣੀ ਤਕਲੀਫ ਅਗਲੇ ਦੇ ਵਿੱਚ ਟਰਾਂਸਫਰ ਕਰ ਸਕਦੋ। ਇਹ ਤਾਂ ਅੱਲਾਹ ਵੱਲੋਂ ਕੋਈ ਐਸਾ ਨਿਜ਼ਾਮ ਹੈ ਕਿ ਜਿਹੜੇ ਅੱਲਾਹ ਤਾਲਾ ਦੀ ਕੋਈ ਅਜ਼ਮਾਇਸ਼ ਹੁੰਦੀ ਹੈ, ਬੰਦਾ ਕਹਿੰਦਾ ਤਕਲੀਫ 'ਚ ਮੁਬਤਲਾ ਥੀਂਦੇ ਅਤੇ ਵੱਲ ਨੂੰ ਕੋ ਪਤਾ ਲੱਗਦੇ। ਅਗਰ ਇਵੇਂ ਤਕਲੀਫਾਂ ਨਾ ਆਵੇ ਤਾਂ ਹਰ ਬੰਦਾ ਜਿਹੜਾ ਨਾ ਦੂਜੇ ਦੀ ਤਕਲੀਫ ਕੋ ਮਜ਼ਾਕ ਸਮਝੇ, ਠੀਕ ਹੈ, ਫਕਤ ਇੱਕ ਡਰਾਮਾਬਾਜ਼ੀ ਸਮਝੇ ਜਾਂ ਕੁਝ ਵੀ, ਜਿਹੜਾ ਆਪਣੇ ਉੱਤੇ ਆਉਂਦੀ ਹੈ ਵਾਲਾ। ਅਤੇ ਗੱਲ ਕਰਨ ਦਾ ਮਕਸਦ ਇਹ ਕਿ ਆਪਣੇ ਆਪ ਨਾਲ ਤੁਸਾਂ ਮੁਖਲਿਸ ਰੱਖੋ ਨਾ, ਜਿਤਨਾ ਕੁਝ ਤੁਸਾਂ ਆਪਣੇ ਆਪ ਵਾਸਤੇ ਕਰ ਸਕਦੇ ਹੋ ਕੋਈ ਤੁਹਾਡੇ ਵਾਸਤੇ ਨਹੀਂ ਕਰ ਸਕਦਾ, ਆਪਣੇ ਵਾਸਤੇ ਆਪ ਹੀ ਕਰਨਾ ਹੈ। ਕਹਿ ਕੋਈ ਤੁਹਾਡੀ ਨਾ ਤਕਲੀਫ ਕੋ ਸਮਝਦੇ ਨਾ ਦੁੱਖ ਕੋ ਸਮਝਦੇ, ਈਵਨ ਕਿ ਇੱਥਾਂ ਕਿ ਤੁਸਾਂ ਆਪਣੀ ਗਾਲੀਆਂ ਕੋ ਜਜ਼ਬਾਤਾਂ ਕੋ ਆਪਣਾ ਸਾਰਾ ਕੁਝ ਕਹਿਣ ਦੇ ਨਾਲ ਸ਼ੇਅਰ ਵੀ ਕਰੇ ਦੋ, ਉਹ ਫਕਤ ਇੱਕ ਟਾਈਮ ਹੁੰਦੇ 2-4 ਦਿਨ ਬੰਦਾ ਫੀਲ ਕਰੇਂਦੇ ਕਿ ਯਾਰ ਇਹ ਮਸਲਾ ਹੈ, ਲੇਕਿਨ ਉਹ ਵਕਤ ਦੇ ਨਾਲ ਖਤਮ ਥੀ ਜਾਂਦੇ। ਯਾਦ ਹੂੰ ਘੂਰਾਂ ਦੇ ਜਿਹਦੇ ਨਾਲ ਗੁਜ਼ਰਦੀ ਹੈ, ਯਾਦ ਹੂੰ ਘੂਰਾਂ ਦੇ ਜਾਂ ਕੋਈ ਤਕਲੀਫ ਹੁੰਦੀ ਹੈ, ਯਾਦ ਹੂੰ ਘੂਰਾਂ ਦੇ ਜਿਹਦੇ ਨਾਲ ਦੁੱਖ ਹੁੰਦੇ, ਬਾਕੀ ਸਾਰੇ ਬੁਲਾਏ। ਈਵਨ ਕਿ ਅਗਰ ਬੰਦਾ ਜ਼ਿੰਦਗੀ ਦੀ ਬਾਜ਼ੀ ਹਾਰ ਵੇਂਦੇ, ਮਰ ਵੇਂਦੇ ਹੀ ਦੁਨੀਆਂ ਤੋਂ ਚੱਲਾ ਵੇਂਦੇ, ਅਤੇ ਪਿਛਲੇ ਵੀ ਕੋਈ 5-7 ਦਿਨ ਵਾਲਾ ਮਾਹੌਲ ਹੁੰਦੇ, ਉਹ ਤੋਂ ਬਾਅਦ ਖਤਮ। ਹਰ ਚੀਜ਼ ਦੀ ਇੱਕ ਐਕਸਪਾਇਰੀ ਡੇਟ ਹੈ, ਉਹ ਐਕਸਪਾਇਰੀ ਡੇਟ ਚੰਗਾ ਵਕਤ ਹੋਵੇ ਬੁਰਾ ਵਕਤ ਹੋਵੇ, ਉਹ ਐਕਸਪਾਇਰੀ ਡੇਟ ਹੈ। ਕੁਝ ਉਹਨੇ ਦੀ ਜਿਵੇਂ ਡੇਟ ਆਉਂਦੀ ਹੈ ਐਕਸਪਾਇਰੀ, ਅਤੇ ਉਹ ਚਲੇ ਵੇਂਦੇ ਨੇ ਵਕਤ। ਲੇਕਿਨ ਕਹਿਣ ਦੀ ਤਕਲੀਫ 100% ਗੱਲ ਹੈ ਕਿ ਮੇਰੀ ਅਗਰ ਤਕਲੀਫ ਹੈ ਤਾਂ
ਤੂੰ ਨਹੀਂ ਸਮਝ ਸਕਦਾ, ਤੇਰੀ ਤਕਲੀਫ ਹੈ ਤੇ ਮੈਂ ਹੀ ਨਹੀਂ ਸਮਝ ਸਕਦਾ। ਵਕਤੀ ਤੇਰੇ ਨਾਲ ਹੂੰ, ਅਸੇਰੇ ਨਾਲ ਹਿੰਨ, ਅਸਾਂ ਕਹਿੰਦੇ ਨਾਲ ਹੂੰ ਕੋਈ ਅਸੇਰੇ ਨਾਲ ਹਨ, ਵਕਤੀ ਤੌਰ 'ਤੇ ਅਸੀਂ ਗਿਨ ਵੈਸਨ ਕਰੇ ਸਨ ਯੇ ਵੋ ਜਿੱਥਾਂ ਤੱਕ ਉਹਨੇ ਦੀ ਹੋਸੇ ਪਸਲੀ, ਲੇਕਿਨ ਬਿਰਾ ਆਪਣੀ ਤਕਲੀਫ ਕੋ ਨਿਭਾਉਣਾ ਆਪ ਹੈ, ਆਪਣੇ ਦੁੱਖੇ ਕੋ ਨਿਭਾਉਣਾ ਆਪ ਹੈ। ਵਾਸਤੇ ਵਾਹ ਵੇਲਾ ਕਰਤੇ ਕਹਿ ਕੋ ਡਸਤੇ, ਸ਼ੋਰ ਸ਼ਰਾਬਾ ਕਰਤੇ ਕੋ ਫਾਇਦਾ ਤਾਂ ਮਿਲਦਾ ਨਹੀਂ ਹੈ। ਇਹ ਵਾਸਤੇ ਕੋਸ਼ਿਸ਼ ਕੀਤਾ ਕਰੋ ਕਿ ਆਪਣੇ ਆਪ ਕੋ ਮਜ਼ਬੂਤ ਕਰੋ, ਕਿ ਅਗਰ ਕੋਈ ਕੱਲ ਕੋ ਤੇਰੇ ਨਾਲ ਨਹੀਂ ਵੀ ਟੁਰਦਾ ਕੋਈ ਮਸਲੇ ਮਸਾਇਲਿਆਂ ਦੇ ਵਿੱਚ, ਦੁੱਖ ਤਕਲੀਫਾਂ ਦੇ ਵਿੱਚ, ਖੁਸ਼ੀਆਂ ਦੇ ਵਿੱਚ, ਤਾਂ ਖੱਦੜੇ ਵੀ ਟੱਪੇ ਮਾਰਨ ਆਵੇਂਦੇ ਨੇ, ਚਾੜਿਆ ਮਰੇਂਦੇ ਨੇ। ਗੱਲ ਹੈ ਦੁੱਖ ਦੀ, ਤਕਲੀਫ ਦੀ, ਜਿਹਨਾਂ ਨੂੰ ਤਕਲੀਫ ਹੁੰਦੀ ਹੈ ਪਤਾ ਵਾਲਾ ਲੱਗਦੇ ਕੌਣ ਕਹਿੰਦੇ ਨਾਲ ਖੜੇ। ਅੱਲਾਹ ਤਾਲਾ ਸਭ ਕੋ ਅੱਛੇ ਦੋਸਤ ਦੇਵੇ, ਅੱਛੇ ਤਾਲੁਕਾਤ ਹੋਵੇ। ਔਰ ਮੈਂ ਕਹਿੰਦਾ ਕਿ ਅੱਲਾਹ ਤਾਲਾ ਕਹਿੰਦਾ ਦੁਆ ਕਰਦਾ ਕਿ ਅਗਰ ਕਹਿ ਕੋਈ ਤਕਲੀਫ ਹੋਵੇ ਤਾਂ ਅਗਲਾ ਬੰਦਾ ਸਮਝੇ ਕਹਿੰਦੀ ਤਕਲੀਫ ਨੂੰ। ਅਤੇ ਅੱਜ ਦੀ ਸਿਰਫ ਇਹ ਗੱਲ ਹੈ, ਮੈਂ ਅਕਸਰ ਜਿਹੜਾ ਨਾ ਗੱਲ ਕਰਦਾ ਰਹਿੰਦਾ ਆਪ ਬੀਤੀ, ਜਿਹੜੀ ਆਪਣੇ ਅੱਗੋਂ ਹੋਵੇ ਸਾਹਮਣੇ ਹੋਵੇ, ਕੋਸ਼ਿਸ਼ ਕਰਦਾ ਉਹ ਗੱਲ ਸਮਝਾਈ ਵਜੇ ਦੱਸੀ ਵਜੇ। ਅਤੇ ਹੱਸਦੇ ਰਹੋ, ਵੱਸਦੇ ਰਹੋ ਅਤੇ ਆਬਾਦ ਰਹੋ।